ਪੰਜਾਬ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਗਿਰ ਰਹੇ ਗ੍ਰਾਫ ਨੂੰ ਲੈ ਕੇ ਸਵਰਗਵਾਸੀ ਸਾਬਕਾ ਕੈਬਨਿਟ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਪੋਤਰੇ ਮਾਨ ਇੰਦਰ ਸਿੰਘ ਮਾਨੀ ਨੇ ਮੁੜ ਤੋਂ ਕਮਾਲ ਸੰਭਾਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਰਕਰਾਂ ਨਾਲ ਆਪਣੇ ਗ੍ਰਹਿ ਨਾਭਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਸਾਬਕਾ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਗੁਰਦਿਆਰਿੰਦਰ ਸਿੰਘ ਬਿੱਲੂ ਵੀ ਹਾਜ਼ਰ ਰਹੇ। ਮਹਾਰਿੰਦਰ ਸਿੰਘ ਮਾਨੀ ਨੇ ਕਿਹਾ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਇੱਥੇ ਹਲਕਾ ਇੰਚਾਰਜ ਜ਼ਰੂਰ ਨੇ, ਪਰ ਕਿਸੇ ਵੀ ਵਰਕਰ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਂਦੀ। ਮਾਨੀ ਨੇ ਕਿਹਾ ਕਿ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇਸ ਗ੍ਰਹਿ ਵਿਖੇ ਸੁਣਵਾਈ ਹੋਇਆ ਕਰੇਗੀ। ਵਰਕਰਾਂ ਵਿੱਚ ਕੀਤੀ ਗਈ ਧੜੇਬੰਦੀ ਖਤਮ ਹੋਣੀ ਚਾਹੀਦੀ ਹੈ। ਬੜਾ ਸਿੰਪਲ ਹੈ ਜੀ, ਹਜੇ ਕਿ ਜਦੋਂ ਦਾ ਆਜ਼ਾਦੀ ਤੋਂ ਬਾਅਦ ਇਲੈਕਸ਼ਨਾਂ ਹਿੰਦੁਸਤਾਨ 'ਚੋਂ ਪੰਜਾਬ 'ਚ ਹੋਣ ਲੱਗੀਆਂ ਨੇ ਸਨ 1952-54 'ਚੋਂ, ਉਦੋਂ ਤੋਂ ਲੈ ਕੇ 7 ਸਾਲ ਪਹਿਲਾਂ 2012 ਤਾਈਂ ਸਰਦਾਰ ਰਾਜਾ ਨਰਿੰਦਰ ਸਿੰਘ ਜੀ ਸਾਡੇ ਬਜ਼ੁਰਗ ਇਸ ਹਲਕੇ ਦੀ ਨੁਮਾਇੰਦਗੀ ਅਕਾਲੀ ਦਲ ਦੀ ਕਰਦੇ ਆਏ ਨੇ। ਜੰਮੇ ਵੀ ਅਕਾਲੀ ਸੀ, ਪੂਰੇ ਵੀ ਅਕਾਲੀ ਹੋਏ ਨੇ। ਪਿਛਲੇ 7-8 ਸਾਲਾਂ ਤੋਂ ਇੱਥੇ ਰਿਵਾਜ਼ ਬਣ ਗਿਆ ਕਿ ਜੀ ਇਹ ਧੜਾ ਰਾਜ ਸਾਹਿਬ ਦਾ ਹੈ ਜੀ, ਅਤੇ ਇਹ ਧੜਾ ਅਕਾਲੀ ਦਲ ਦਾ। ਸੋ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਰਾਜ ਸਾਹਿਬ ਦਾ ਧੜਾ ਅਕਾਲੀ ਦਲ ਤੋਂ ਜਿਹੜਾ ਵੱਖ ਕਰਨ ਦਾ ਇੱਥੇ ਰਿਵਾਜ਼ ਚੱਲ ਪਿਆ। ਮੈਂ ਉਸ ਨੂੰ ਮੱਦੇ ਨਜ਼ਰ ਲੈਂਦੇ ਹੋਏ ਕਿ ਜਿਹੜਾ ਰਾਜਾ ਸਾਹਿਬ ਦਾ ਪਰਿਵਾਰ ਸੀਗਾ, ਵੱਡਾ ਪਰਿਵਾਰ, ਸਿਆਸੀ ਪਰਿਵਾਰ ਕਹਿ ਲਓ, ਉਹਨਾਂ ਦਾ ਨਿੱਜੀ ਤਾਲਕ ਸੀਗਾ ਸਾਰਿਆਂ ਨਾਲ, ਇੱਥੇ ਸਾਰੀ ਉਮਰ ਇੱਥੇ ਲਾਈ ਹੈ। ਉਹ ਪਰਿਵਾਰ ਹੁਣ ਅੱਜ ਦੀ ਘੜੀ ਮਯੂਸ ਹੈਗਾ, ਉਹ ਪਰਿਵਾਰ ਅੱਜ ਦੀ ਘੜੀ ਬਹੁਤ ਚੋਟਾਂ ਖਾ ਚੁੱਕਿਆ ਹੈਗਾ, ਉਹ ਪਰਿਵਾਰ ਨੂੰ ਅੱਜ ਦੀ ਘੜੀ ਕੋਈ ਸਾਰ ਲੈਣ ਵਾਲਾ ਨਹੀਂ ਰਿਹਾ। ਮੈਂ 7 ਸਾਲ ਪਹਿਲਾਂ ਇਸ ਆਸ ਦੇ ਵਿੱਚ ਕਿ ਚਲੋ ਨਾਭਾ ਰਿਜ਼ਰਵ ਹੋ ਗਿਆ, ਜਿਹੜਾ ਕਿਹੜਾ ਵੀ ਅਕਾਲੀ ਦਲ ਭੇਜੂਗਾ ਉਹ ਸਾਰ ਲਊਗਾ, ਪਰ ਉਹ ਇਸ ਕਹਿ ਕੇ ਕਿ ਜੀ ਇਹ ਤਾਂ ਰਾਜ ਸਾਹਿਬ ਦਾ ਧੜਾ ਕਹਿ ਕੇ ਅਤੇ ਤਸ਼ੱਦਤਾਂ ਸਾਡੇ ਗਰੁੱਪ 'ਤੇ ਕਰਨ ਲੱਗ ਗਿਆ, ਜਿਹੜਾ ਅਕਾਲੀ ਦਲ ਪੁਰਾਣਾ ਅਕਾਲੀ ਦਲ ਸੀਗਾ। ਹੁਣ ਨਾਭੇ 'ਚ ਲੜਾਈ ਲੈ ਗਈ ਹੈ ਕਾਂਗਰਸ ਵਰਸਿਸ ਕਾਂਗਰਸ ਦੀ। ਜਿਹੜੀ ਕਾਂਗਰਸ ਦੀ ਬੀ ਟੀਮ ਅਕਾਲੀ ਦਲ ਦੇ ਵਿੱਚ ਹੁੰਦੀ ਸੀਗੀ, ਉਹ ਅੱਜ ਅਕਾਲੀ ਦਲ ਦੀ ਏ ਟੀਮ ਬਣ ਕੇ ਅੱਗੇ ਆ ਗਈ ਹੈ, ਅਤੇ ਜਿਹੜੀ ਕਾਂਗਰਸ ਦੀ ਟੀਮ ਸੀ ਉਹ ਤਾਂ ਕਾਂਗਰਸ ਅਸਲ ਅਕਾਲੀ ਪਿੱਛੇ ਰਹਿ ਕੇ ਹੁਣ ਉਹ ਮਰਨ ਲੱਗ ਗਏ ਨੇ। ਸੋ ਉਹਨਾਂ ਦੀ ਸਾਰ ਲੈਣ ਵਾਸਤੇ ਪੁਰਾਣਾ ਅਕਾਲੀ ਦਲ ਦਾ ਧੜਾ ਇਕੱਠਾ ਕਰਕੇ, ਉਹਨਾਂ ਨੂੰ ਇਕੱਠਾ ਕਰਕੇ, ਬਿਕੋਜ਼ ਇਸ ਰੌਲੇ ਦੇ ਵਿੱਚ ਓਪੋਜੀਸ਼ਨ ਵਾਲੇ ਤਾਂ ਜੋ ਮਰਜ਼ੀ ਕਰੀ ਜਾਂਦੇ ਨੇ, ਜਿੱਥੇ ਮਰਜ਼ੀ ਜਾ ਕੇ ਜ਼ਮੀਨ ਦਾ ਕਬਜ਼ਾ ਕਰ ਲਿਆ, ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਰੌਲਾ ਪਾ ਲਓ, ਕੋਈ ਚੈਲੰਜ ਕਰਨ ਵਾਲਾ ਹੈ ਹੀ ਨਹੀਂ ਓਪੋਜੀਸ਼ਨ ਨੂੰ। ਇੰਨੀ ਬਦਨਾਮੀ ਹੋਈ ਵੀ ਹੈ, ਇੰਨੀ ਕਰਪਸ਼ਨ ਹੋਈ ਵੀ ਹੈ, ਇੰਨੀ ਲੁੱਟਮਾਰ ਨਾਭੇ ਦੇ ਵਿੱਚ ਹੋਈ ਹੈ, ਅਫਸਰਸ਼ਾਹੀ ਹੋਈ ਹੈ, ਕੋਈ ਓਪੋਜੀਸ਼ਨ 'ਚ ਕੋਈ ਚੈਲੰਜ ਕਰਨ ਵਾਲਾ ਹੈ ਨਹੀਂ ਗਾ ਸੁਪਰੀਮੇਸੀ ਪਾਵਰ ਦੀ ਨੂੰ, ਤਾਂ ਫਿਰ ਕਰੋਗੇ ਕੀ? ਸੋ ਉਸ ਚੀਜ਼ ਨੂੰ ਦੇਖਦੇ ਹੋਏ ਸਾਰਾ ਰਾਜਾ ਸਾਹਿਬ ਦਾ ਪੁਰਾਣਾ ਗਰੁੱਪ ਇਕੱਠਾ ਕਰਕੇ ਇੱਥੇ, ਅਤੇ ਅਸੀਂ ਇਕੱਠੇ ਹੋ ਕੇ ਫਿਰ ਰਣਨੀਤੀ ਬਣਾਵਾਂਗੇ ਕਿ ਅੱਗੇ ਕਿਵੇਂ ਚੱਲਣਾ ਹੈਗਾ, ਇਹ ਜਿਹੜਾ ਮਾਹੌਲ ਵਿਗੜਿਆ ਹੋਇਆ ਇਹਨੂੰ ਠੀਕ ਕਰਨ ਵਾਸਤੇ ਕੀ ਹੈ। ਇਹ ਗਲਤੀ ਮੈਂ ਮੰਨਦਾ ਕਿ ਪਿਛਲੇ 5-7 ਸਾਲ ਦਾ ਮੇਰੇ ਤੋਂ ਹੀ ਦੂਰੀਆਂ ਵਧੀਆਂ ਨੇ। ਹੁਣ ਇਸ ਹੀ ਕਰਕੇ ਛੋਟੀ ਛੋਟੀ ਕੋਠੀ ਦੇ ਵਿੱਚ ਹੀ ਮੀਟਿੰਗਾਂ ਕਰਕੇ ਕਿ ਜੀ ਹੁਣ ਕੋਠੀ 'ਚ ਹੈਗੇ ਹਾਂ, ਬੈਠੇ ਹਾਂ, ਲੋਕਾਂ ਦੀ ਸਾਰ ਲਵਾਂਗੇ, ਕੋਠੀ 'ਚੋਂ ਮੀਟਿੰਗਾਂ ਦਾ ਸਿਲਸਿਲਾ ਖਤਮ ਕਰਕੇ ਫਿਰ ਪਿੰਡਾਂ 'ਚ ਉੜਾਂਗੇ, ਲੋਕਾਂ ਦੇ ਘਰਾਂ 'ਚ ਜਾਵਾਂਗੇ। ਜਿਹੜਾ ਪੁਰਾਣਾ ਗਰੁੱਪ ਰਾਜਾ ਸਾਹਿਬ ਦਾ, ਜਿਹੜਾ ਉਹਨਾਂ ਨੇ ਬੱਚਿਆਂ ਨੂੰ ਪਾਲ ਕੇ ਵੱਡੇ ਕੀਤੇ ਸੀਗੇ, ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਇਕੱਠੇ ਕਰਕੇ ਫਿਰ ਤੁਰਾਂਗੇ। ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਵੀ ਸਰ ਮਹਾਰਿੰਦਰ ਸਿੰਘ ਮਾਨੀ ਨੇ ਇਹਦਾ ਚੱਕਿਆ ਆਪਣਾ ਕਦਮ, ਰਾਜਾ ਨਰਿੰਦਰ ਸਿੰਘ ਹੋਣੀ ਸਾਡੇ ਸਵਰਗੀਏ ਸਾਬਕਾ ਮੰਤਰੀ ਪੰਜਾਬ, ਜਿਨ੍ਹਾਂ ਨੇ 50 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ, ਹਰ ਮੋਰਚੇ 'ਚ ਗਏ, ਹਰ ਮੋਰਚੇ 'ਚ ਜਾ ਕੇ ਆਪਣੇ ਬੰਦਿਆਂ ਨਾਲ ਲੈ ਕੇ ਗਏ, ਉਹ ਮੋਰਚੇ ਦੇ ਬੰਦੇ ਜਾਂਦੇ ਰਹੇ, ਉਹਦਾ ਜਿਹੜਾ ਢੂਈਆਂ ਲਟਕਾਉਂਦੇ ਰਹੇ ਜੇਲ੍ਹਾਂ 'ਚ, ਉਹਦਾ ਆਨੰਦ ਮਾਣ ਰਹੇ ਨੇ ਕੁਛ ਬੰਦੇ ਜਿਹੜੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਚੱਲਦੇ ਸੀ। ਅਸੀਂ ਸਾਰੇ ਹੁਣ ਇਹ ਮਹਾਰਿੰਦਰ ਸਿੰਘ ਦੀ ਅਗਵਾਈ 'ਚ ਇੱਕ ਤਹੀਆ ਲਿਆ ਵੀ ਸ਼੍ਰੋਮਣੀ ਅਕਾਲੀ ਦਲ ਨਾਭੇ ਪੂਰਾ ਤਕੜਾ ਕਰਨਾ, ਕਿਉਂਕਿ ਰਾਜਾ ਸਾਹਿਬ ਦੀ ਇਹ ਖੁਆਇਸ਼ ਸੀ
ਵੀ ਸ਼੍ਰੋਮਣੀ ਅਕਾਲੀ ਦਲ ਹੀ ਤਕੜਾ ਕਰਨਾ, ਕਿਉਂਕਿ ਨਾਭੇ 'ਚ ਕਿਹਾ ਜਾ ਰਿਹਾ ਵੀ ਨਾਭੇ ਸੀਟ ਨਿਕਲ ਨਹੀਂ ਰਹੀ। ਹੁਣ ਅਸੀਂ ਇਹ ਸੋਚਿਆ ਵੀ ਇਹ ਸੀਟ ਕੱਢਣੀ ਵੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ। ਮਾਨਿੰਦਰ ਜੀ ਨੇ ਕਿਹਾ ਵੀ ਅਸੀਂ ਜੋ ਸ਼੍ਰੋਮਣੀ ਅਕਾਲੀ ਦਲ ਇੱਥੇ ਨਾਭੇ 'ਚ ਕਮਜ਼ੋਰ ਹੁੰਦਾ ਜਾ ਰਿਹਾ, ਉਹਨੂੰ ਮਜ਼ਬੂਤ ਕਰਨ ਲਈ ਵੀ ਅਸੀਂ ਦਿਨ ਰਾਤ ਇੱਕ ਕਰਾਂਗੇ, ਅਤੇ ਜਿਹੜੇ ਪੁਰਾਣੇ ਟਕਸਾਲੀ ਅਕਾਲੀ ਘਰ ਬੈਠੇ ਨੇ ਵੀ ਉਹਨਾਂ ਨੂੰ ਜੋ ਪੁਰਾਣਾ ਆਪਣੇ ਉਹ ਚੀਜ਼ ਅਕਾਲੀ ਦਲ ਉਹਨੂੰ ਜੋ ਜੇਲ੍ਹਾਂ ਜਿਨ੍ਹਾਂ ਨੇ ਕੱਟੀਆਂ ਵਰਕਰਾਂ ਨੇ, ਉਹਨਾਂ ਦੇ ਬਜ਼ੁਰਗਾਂ ਨੇ ਕੱਟੀਆਂ, ਹੋਰ ਕੱਟੀਆਂ ਵੀ ਉਹ ਸਾਰੇ ਜਿਹੜੇ ਵਰਕਰ ਨੇ, ਜੋ ਰਾਜਾ ਸਾਹਿਬ ਨਾਲ ਜੇਲ੍ਹ ਕੱਟੀਆਂ, ਬਾਦਲ ਸਾਹਿਬ ਨਾਲ ਕੱਟੀ, ਟੌੜਾ ਸਾਹਿਬ ਨਾਲ ਕੱਟੀ, ਸੰਤ ਹਰਚੰਦ ਸਿੰਘ ਲੌਂਗੋ ਨਾਲ, ਜਾਂ ਜਿਨ੍ਹਾਂ ਜਿਨ੍ਹਾਂ ਵੀ ਜਿੰਨੇ ਅਕਾਲੀ ਦਲ 'ਚ ਕੁਰਬਾਨੀਆਂ ਕੀਤੀਆਂ, ਉਹ ਸਾਰੇ ਪਰਿਵਾਰਾਂ ਨੂੰ ਅਸੀਂ ਇੱਕਜੁੱਟ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਾਭੇ ਵਿੱਚ ਮਜ਼ਬੂਤ ਕਰਾਂਗੇ। ਅਤੇ ਜੋ ਕਾਂਗਰਸ ਸਰਕਾਰ ਵੱਲੋਂ ਇੱਥੇ ਵਧੀਕੀਆਂ ਕੀਤੀਆਂ, ਉਹਨਾਂ 'ਚ ਗੱਡਾ ਟਕੇ ਟਾਕਰਾ ਕਰਕੇ ਇੱਥੇ ਆਪਣਾ ਅਕਾਲੀ ਦਲ ਦਾ ਰਾਜ ਸਥਾਪਿਤ ਕਰਾਂਗੇ ਨਾਭੇ ਸਾਹਿਬ ਕਰਕੇ। ਅਤੇ ਰਾਜ ਸਾਹਿਬ ਦੇ ਪੋਤੇ ਨੇ ਮੈਨੂੰ ਬੁਲਾਇਆ, ਮੈਂ ਆਇਆ, ਅਤੇ ਮੈਂ ਜੋ ਇਹਨਾਂ ਨੇ ਗੱਲਾਂ ਕਹੀਆਂ ਨੇ ਮੈਂ ਉਹਨਾਂ ਨਾਲ ਸਹਿਮਤ ਹਾਂ। ਆਵਾਜ਼ੀ ਕੰਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।